تین مئی انیس سو اکانوے بروز جمع ریلیز ہونے والی ایک رنگین پنجابی فلم میرا نا. اس فلم کا ٹائٹل رول اداکار سلطان رئی نے ادا کیتا ہے کہ اس فلم دے اندر سلطان رئی دا نام باو سجاد ہوندہ ہے باو سجاد ایک صافی ہوندہ ہے اور ظلم اور منشاد دے خلاف لکھتا ہے جس دی وجہ تو بہت سارے لوگ او دے دشمن بن جاندن اور اس کام تو روکنے دی بہت کوشش کر دیں لیکن سجاد باز نہیں آندا کیونکہ وہ یہ کہہد ہے کہ میں جس کام دی ضد کر انہوں فرض سمجھ کے کرنا ہوں اور اس فلم دے مکمل تفصیل دیو تو پہلے میں تان کچھ کلا اس فلم دے بارے دسنا ہوں گو کہ اس فلم دے ٹائٹل رول اداکار سلطان رہی دا نام ہے لیکن فلم دے پہلے پندرہ منٹ سلطان رئی فلم ہی نظر آئے گا ਔਰ ਯਾ ਆਖਰੀ 15 ਮਿੰਟ ਜਾ ਕੇ ਤੁਹਾਨੂੰ ਸੁਲਤਾਨੇ ਇਸ ਫਿਲਮ ਦੇ ਅੰਦਰ ਨਜ਼ਰ ਆਏਗਾ ਬਾਕੀ ਜਿਹੜੀ ਟੋਟਲ 2 ਘੰਟੇ ਦੀ ਫਿਲਮ ਹੈ ਤਕਰੀਬਨ ਉਹ ਉਸ ਦੇ ਅੰਦਰ ਸੁਲਤਾਨ ਰਈ ਦਾ ਕੋਈ ਕੰਮ ਨਹੀਂ ਹੁੰਦਾ ਔਰ ਸੁਲਤਾਨ ਰਈ ਤਕਰੀਬਨ ਗਾਇਬ ਰਹਿੰਦਾ ਹੈ ਬਹੁਤ ਸਜਾਦ ਨੂੰ ਜਦੋਂ ਉਹ ਮਨਸ਼ਾਹ ਦੇ ਖਿਲਾਫ ਲਿਖਦਾ ਹੈ ਤੇ ਜਿਹੜਾ ਅਸ਼ਮਤ ਸੇਟ ਹੁੰਦਾ ਹੈ ਅਸ਼ਮਤ ਸੇਟ ਦਾ ਕਿਰਦਾਰ ਇੱਕ ਨਵੇਂ ਐਕਟਰ ਨੇ ਅਦਾ ਕੀਤਾ ਹੈ ਜਿਹੜਾ ਕਿ ਉਹਦਾ ਦੁਸ਼ਮਣ ਬਣ ਜਾਂਦਾ ਹੈ ਔਰ ਉਹਨੂੰ ਇਸ ਥਿਊਰਮ ਇਸ ਕਤਲ ਕਰਵਾ ਦਿੰਦਾ ਹੈ ਬਹੁਤ ਸਜਾਦ ਨੂੰ ਕਤਲ ਕਰਵਾ ਦਿੰਦਾ ਹੈ ਔਰ ਕਤਲ ਕਰਵਾਉਣ ਤੋਂ ਬਾਅਦ ਉਹਦੀ ਲਾਸ਼ ਨੂੰ ਗਿਦਾਂਗੇ ਸੁੱਟ ਦਿੰਦਾ ਹੈ ਤਾਂ ਕਿ ਉਹਦੀ ਲਾਸ਼ ਨੂੰ ਨੋਛ ਨੋਛ ਕੇ ਖਾ ਜਾਣ ਆ ਹੋਏ ਕੱਲ ਦਾ ਪ੍ਰੈਸ ਰਿਪੋਰਟਰ ਸਜਾਦ ਅੱਜ ਦਾ ਨਿੰਜਾ ਮਾਸਟਰ ਤੂਫਾਨ ਅੱਬੇ ਪਾਕ ਵਸੰਦੀ ਸਾਵਨੇ ਸਿੰਘ ਦੇ ਅੰਦਰ ਤਾਜ਼ੀ ਪਹਿਲਵਾਨ ਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਕਿ ਉਸ ਕਤਲ ਦਾ ਗਵਾ ਹੁੰਦਾ ਹੈ ਬਾਉ ਸਜਾਦ ਦੇ ਕਤਲ ਦਾ ਗਵਾ ਹੁੰਦਾ ਹੈ ਬਾਬਰ ਰੇਸ਼ਮ ਦੇ ਅੰਦਰ ਆਰਫ ਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਕਿ ਸੁਤਾਰਾ ਬਾਉ ਸਜਾਦ ਦਾ ਛੋਟਾ ਭਰਾ ਹੁੰਦਾ ਹੈ ਔਰ ਉਹ ਜਦੋਂ ਬਾਉ ਸਜਾਦ ਕਤਲ ਹੋ ਜਾਂਦਾ ਹੈ ਉਹ ਥਾਣੇ ਜਾਂਦਾ ਹੈ ਔਰ ਜਾ ਕੇ ਉਹਦੇ ਕਤਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਉਣਾ ਚਾਹੁੰਦਾ ਹੈ ਲੇਕਿਨ ਥਾਣੇਦਾਰ ਉਹਨੂੰ ਕਹਿੰਦਾ ਕਿ ਮੈਂ ਤੇਰੀ ਐਫ ਆਈ ਆਰ ਦਾਲ ਜੀ ਨਹੀਂ ਕਰ ਸਕਦਾ ਕਿਉਂਕਿ ਹਸ਼ਮਤ ਜਿਹੜਾ وہ ایک شہر کا موض شخص ہے اور جب تک وہ خلاف کوئی ٹھوس ثبوت نہ ہوئے میں انہوں گرفتار نہیں کر سکتا ہر ہے جاجو پہلوان ہوتا ہے ساون وہ آگے کے کہہ رہا کہ میرے سامنے ایک قتل ہوئے اور میں اس قتل جا چشم چشمد گوا عدالت ہاں. ہی جا کے اشمت دے خلاف گوئی دینا ہے جس کے جرم نو سزائے موت ہو جاتی ہے جدو اشمت نو سزائے موت ہو جاتی ہے اور ان کی جی لاش کر پی ਉਹਦੇ ਦੋ ਬਰਾਉਂਦਨ ਜਿਹਦਾ ਨਾਮ ਸ਼ੂਕਾ ਜ਼ੈਰ ਸ਼ਾ ਤੇ ਲਾਲੂ ਇਕਬਾਲ ਦਰونی ਹੁੰਦੇ ਉਹਨਾਂ ਨੂੰ ਬਹੁਤ ਸਖਤ ਗੁੱਸਾ ਆਉਂਦਾ ਹੈ ਔਰ ਉਹ ਜਾਂਦਨ ਔਰ ਚਾ ਕੇ ਤਾਜੂ ਨੂੰ ਕਤਲ ਕਰਨਾ ਚਾਹੁੰਦੇ ਲੇਕਿਨ ਜਿਹੜਾ ਗਲਿਆਨਾ ਹੁੰਦਾ ਗਲਿਆਨੇ ਦਾ ਕਿਰਦਾਰ ਅਦਾਕਾਰ ਇਲਤਫ ਖਾਨ ਨੇ ਅਦਾ ਕੀਤਾ ਉਹ ਉਹਨਾਂ ਨੂੰ ਮਨਾ ਕਰਦਾ ਕਿਉਂਕਿ ਉਹ ਕਹਿੰਦਾ ਕਿ ਸਿਆਸਤ ਨਾਲ ਕੰਮ ਲੈਣਾ ਚਾਹੀਦਾ ਹੈ ਅਕਲ ਦੇ ਨਾਲ ਕੰਮ ਲੈਣਾ ਚਾਹੀਦਾ ਹੈ ਸ਼ੂਕਾ ਤੇ ਲਾਲੂ ਬਹੁਤ ਗੁੱਸੇ ਹੁੰਦੇ ਪਰ ਉਹ ਗਲਿਆਨੇ ਦੀ ਗੱਲ ਮੰਨ ਲੈਂਦੇ ਨੇ ਸ਼ਬਾਜ਼ ਅਕਮਲ ਨੇ ਇਸ ਸੀਨ ਦੇ ਅੰਦਰ ਸ਼ੇਰਾ ਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਕਿ ਇੱਕ ਜ਼ਿੱਦੀ ਇਨਸਾਨ ਹੁੰਦਾ ਹੈ ਔਰ ਉਹ ਬਿੱਲੋ ਦੇ ਨਾਲ ਪਿਆਰ ਕਰਦਾ ਹੈ ਔਰ ਬਿੱਲੋ ਚਲੀ ਹੁੰਦੀ ਹੈ ਉਹ ਚੂੜੀਆਂ ਵੇਚਣ ਵਾਲੀ ਹੁੰਦੀ ਹੈ ਔਰ ਵੰਗਾਂ ਵੇਚਣ ਵਾਲੀ ਹੁੰਦੀ ਹੈ ਔਰ ਜਿਹੜਾ ਸ਼ੇਰਾ ਹੁੰਦਾ ਹੈ ਸ਼ੇਰਾ ਉਹ ਤਾਜੂ ਪਹਿਲਵਾਨ ਦਾ ਭਾਂਜਾ ਹੁੰਦਾ ਹੈ ਔਰ ਉਹ ਆਪਣੇ ਮਾਮੇ ਦੇ ਨਾਲ ਬਹੁਤ ਪਿਆਰ ਕਰਦਾ ਹੈ ਤਨਜ਼ੀਮ हसन ਨੇ ਇਸ ਸੀਨ ਦੇ ਅੰਦਰ ਜਾਨੂ ਜਿੰਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਕਿ ਇੱਕ ਬਦਮਾਸ਼ ਹੁੰਦਾ ਹੈ ਖਾਨ ਠੇਕੇਦਾਰ ਜਿਹੜਾ ਹੁੰਦਾ ਨਸਰੁਲਲਾ ਭਟ ਉਹ ਉਹਦੇ ਪਲਾਟ ਤੇ قبضہ ਕਰਦਾ ਹੈ ਉਰ ਆ ਕੇ ਉਹਨੂੰ ਮਾਰਦੇ ਹੋਰ ਮਾਰ ਕੇ ਨਸਾਦ ਦਿੰਦਾ ਹੈ ਜਿਹੜਾ ਗਲਿਆਨਾ ਹੁੰਦਿਆ ਸ਼ੂਕੇ ਤੇ ਲਾਲੂ ਦੇ ਨਾਲ ਉਹ ਤਾਜੂ ਨੂੰ ਕਤਲ ਕਰਨ ਜਾ ਰਹੇ ਹੁੰਦੇ ਰਸਤੇ 'ਚ ਉਹਦੀ ਠੇਕੇਦਾਰ ਨਸਰੁਲਲਾ ਭਟ ਦੇ ਨਾਲ ਮੁਲਾਕਾਤ ਹੋ ਜਾਂਦੀ ਏ ਉਹਨੂੰ ਕਹਿੰਦਾ ਕਿ ਮੈਂ ਸਭ ਤੋਂ ਪਹਿਲੇ ਜਾਨੂ ਜਿੰ ਨੂੰ ਕਤਲ ਕਰਵਾਣਾ ਚਾਹੁੰਦਾ ਕਿਉਂਕਿ ਉਹ ਮੇਰਾ ਦੁਸ਼ਮਣ ਹੈ ਖੈਰ ਗਲਿਆਨਾ ਸ਼ੂਕਾ ਤੇ ਲਾਲੂ ਜਾਂਦਨ ਜਦੋਂ ਉਹਦੀ ਮੁਲਾਕਾਤ ਜਾਨੂ ਜਿੰ ਦੇ ਨਾਲ ਹੁੰਦੀ ਏ ਜਾਨੂ ਦੀ ਨਜ਼ਰ ਜਿਉਂ ਗਲਿਆਨੇ ਤੇ ਪੈਂਦੀ ਹੈ ਉੱਤੇ ਉਹਨੂੰ ਯਾਦ ਆ ਜਾਂਦਾ ਹੈ ਕਿ ਬਚਪਨ 'ਚ ਜਦੋਂ ਪੁਲਿਸ ਉਹਨੂੰ ਥਾਣੇ ਪਕੜ ਕੇ ਲੈ ਜਾਂਦੀ ਏ ਤੇ ਜਿਹੜਾ ਗਲਿਆਨਾ ਹੈ ਉਹਨੇ ਉਹਦੀ ਜ਼ਮਾਨਤ ਦਿੱਤੀ ਹੁੰਦੀ ਏ ਉਹ ਗਲਿਆਨੇ ਨੂੰ ਇਹਸਾਨ ਯਾਦ ਕਰਾਂਦਾ ਹੈ ਤੇ ਗਲਿਆਨਾ ਉਹਨੂੰ ਕਹਿੰਦਾ ਹੈ ਕਿ ਉਹ ਸ਼ੇਰੇ ਨੂੰ ਕਤਲ ਕਰਨੇ ਆਸਤੇ ਜਾ ਰਣ ਜਿਹੜਾ ਜਾਨੂ ਆਉਂਦਾ ਹੈ ਜਾਨੂ ਜਿੰਝੇ ਲਾਉਂਦਾ ਹੈ ਤਨਵੀਰ ਮਸਨ ਉਹ ਬਾਜੂ ਦੇ ਕਤਲ ਦੀਆਂ ਵੀ ਪਰਦਾ ਔਰ ਉਸ ਦਾ ਇਹ ਸੂਲ ਹੁੰਦਾ ਹੈ ਕਿ ਉਹ ਆਪਣੇ ਦੁਸ਼ਮਣ ਨੂੰ ਮਾਰੂਨ ਟੂ ਪਹਿਲੇ ਉਹਦੇ ਕਾਰਕਫਨ ਪੇਜਦਾ ਹੈ ਤੇ ਉਹ ਸ਼ੇਰੇ ਦੇ ਕਾਰ ਵੀ ਕਫਨ ਪੇਜ ਦਿਆ ਹੈ ਸ਼ੇਰਾ ਜਦੋਂ ਕਫਨ ਦੇਖਦਾ ਹੈ ਉਹਨੂੰ ਬਹੁਤ ਗੁੱਸਾ ਆਉਂਦਾ ਹੈ ਫਿਰ ਉਹ ਦੂਜੇ ਤੇ ਇੱਕ ਦੂਜੇ ਤੇ ਹਮਲਾ ਆਵਰ ਹੁੰਦੇ ਔਰ ਲੜਦੇ ਲੜਦੇ ਦੋਨੋਂ ਬੇਹੋਸ਼ ਹੋ ਜਾਂਦੇ ਔਰ ਸਜਾਦ ਦਾ ਜਿਹੜਾ ਪ੍ਰਾਉਂਦ ਹੈ ਅਰਫ ਉਹ ਵੀ ਸਮਗਲਾਂ ਦੇ ਖਿਲਾਫ ਮਲਸ਼ਾਫ ਰੋਸ਼ਨ ਦੇ ਖਿਲਾਫ ਲਿਖਣਾ ਸ਼ੁਰੂ ਕਰ ਦਿੰਦਾ ਹੈ ਜਿਸ ਦੀ ਵਜ੍ਹਾ ਤੇ ਉਹ ਸਾਰੇ ਲੋਕ ਉਹਦੇ ਦੁਸ਼ਮਣ ਬਣ ਜਾਂਦੇ ਔਰ ਜਿਹੜਾ ਲਾਲੂ ਆਉਂਦਾ ਹੈ ਲਾਲੂ ਸਜਾਦ ਦੀ ਜਿਹੜੀ ਬੇਵਾਂ ਉਹਦੇ ਨੂੰ ਕਤਲ ਕਰ ਦਿੰਦਾ ਹੈ جدو عارف نے ساری کہانی پتا چل دی ہے اور تھانے جاندے اور دے خلاف رپورٹ درج کراندہ ہے لیکن پولیس وہ دستی ہے کہ جیڑا لالو ہے وہ تے دو دن پہلے ہی انہیں جوئے دے الزام میں پکڑے آئے اور جیل بند ہوندہ ہے انہوں دیکھ کے بڑا پریشان ہوندہ ہے خیر وہ پولیس سے غصہ ہوتا ہے لیکن جیڑا تاجو پہلوان ہوندہ ہے سمجھا بجا کے تھانے لے کے جاندہ ہے اور اسی طرح دی گیم جدو آرف لالو نو قتل کرد ہے ਔਰ ਲਾਲੂ ਨੂੰ ਕਤਲ ਕਰਨ ਤੋਂ ਬਾਅਦ ਜਦੋਂ ਗਲਿਆਨਾ ਥਾਣੇ ਜਾਂਦਾ ਤੇ ਦੇਖਦਾ ਅੱਗੇ ਆਰਫ ਬੈਠਿਆ ਹੁੰਦਾ ਇਸ ਤਰ੍ਹਾਂ ਦੀ ਗੇਮ ਉਹਨਾਂ ਨੇ ਜਿਹੜਾ ਗਲਿਆਨਾ ਦੇ ਖਿਲਾਫ ਪਾਦੇ ਔਰ ਜਿਹੜਾ ਆਰਫ ਉਸ ਨੂੰ ਬਚਾ ਲੈਂਦੇ ਸ਼ੇਰੇਦੀ ਤੇ ਜਾਨੂੰ ਜਿੰਦੀ ਆਪਸੀ ਦੁਸ਼ਮਣੀ ਹੁੰਦੀ ਏ ਪੁਲਿਸ ਜਿਹੜਾ ਜਾਨੂੰ ਜਿੰਦਾ ਪਿੱਛਾ ਕਰਦੀ ਏ ਪੁਲਿਸ ਤੋਂ ਬਚਣ ਵਾਸਤੇ ਉਹ ਇੱਕ ਕਾਰ ਦੇ ਅੰਦਰ ਦਾਖਲ ਹੁੰਦਾ ਉਹ ਜਿਵੇਂ ਕਾਰ ਦੇ ਅੰਦਰ ਦਾਖਲ ਹੁੰਦਾ ਤੇ ਦੇਖਦੇ ਉਹਦੀ ਜਿਹੜੀ ਖਾਲ ਹੈ ਉਹਦੇ ਸਾਹਮਣੇ ਹੁੰਦੀ ਏ ਤੇ ਉਹ ਉਹਨੂੰ ਯਾਦ ਕਰਾਉਂਦਾ ਹੈ ਖਾਲਾ ਦਾ ਕਿਰਦਾਰ ਅਸ਼ਕੁਰ ਸ਼ੀ ਨੇ ਅਦਾ ਕੀਤਾ ਹੈ ਉਹ ਖਾਲ ਨੂੰ ਦੱਸਦਾ ਹੈ ਕਿ ਮੈਂ ਉਹ ਤੇ ਰੋਪੜੇ ਨਾ ਮਾ ਜਿਹੜਾ ਕਿ ਮਾਂ ਦਾ ਕਫਨ ਲੈਣ ਗਿਆ ਸਾਂ ਔਰ ਉਹਦੇ ਕੋਲ ਪੁੱਛਦਾ ਹੈ ਕਿ ਉਹਦੀ ਪਹਿਣ ਕਿੱਥੇ ਵੇ ਜਿਹੜੀ ਬਿੱਲੋ ਹੁੰਦੀ ਹੈ ਸ਼ੇਰੇ ਦੇ ਨਾਲ ਪਿਆਰ ਕਰਦੀ ਏ ਉਹ ਬਿੱਲੋ ਜਿਹੜੀ ਹੁੰਦੀ ਏ ਉਹ ਤਨਜ਼ੀਮ-ਏ-ਸਿੰਦ ਦੀ ਪਹਿਣ ਹੁੰਦੀ ਏ ਅਫਸ਼ਾ ਉਹਦੇ ਕੋਲ ਪੁੱਛਤੀ ਏ ਤੂੰ ਤੇ ਮਾਂ ਦਾ ਕਫਨ ਲੈਣ ਗਿਆ ਸੀ ਤੂੰ ਕਿੱਧਰ ਚਲਾ ਗਿਆ ਸੀ ਤੇ ਉਹਨੂੰ ਦੱਸਦਾ ਹੈ ਕਿ ਉਹ ਕਫਨ ਤੇ ਲੈਣ ਗਿਆ ਸੀ ਲੇਕਿਨ ਬੈਨਰ ਚੋਲੀ ਦੇ ਇਲਜ਼ਾਮ 'ਚ ਪੁਲਿਸ ਨੇ ਉਸਨੂੰ ਪਕੜ ਲਿੱਤਾ ਸੀ ਔਰ ਆਦੀ ਚੋਰ ਸਮਝ ਕੇ ਉਸਨੂੰ ਪੁਲਿਸ ਨੇ ਥਾਣੇ ਡੱਕ ਦਿੱਤਾ ਸੀ ਜਿਸ ਦੀ ਵਜ੍ਹਾ ਤੋਂ ਉਹ ਮਾਂ ਦੇ ਕਫਨ ਲੈਣ ਗਿਆ ਔਰ ਵਾਪਸ ਨਹੀਂ ਆਇਆ ਖੈਰ ਮਾਂ ਉਹਨੂੰ ਖਿੜਕੀ ਤੋਂ ਦੱਸਦੀ ਏ ਕਿ ਇਹ ਤੇਰੀ ਪੈਣ ਦੇ ਬਿਲੋਂ ਨੂੰ ਵੇਖਦਾ ਏ ਤੇਰੇ ਤੇ ਬਿਲੋਂ ਦੀ ਸ਼ਾਦੀ ਦਾ ਦਿਨ ਆਂਦਾ ਏ ਫੇਰੇ ਨੇ ਕਸਮ ਖਾਈ ਹੁੰਦੀ ਏ ਕਿ ਉਹ ਜਦ ਤੱਕ ਉਹ ਆਥ ਨਹੀਂ ਵੜੇਗਾ ਜਿਹੜਾ ਕਿ ਤਾ ਪਹਿਲਵਾਨ ਦੀ ਤਰਫ ਵਧਿਆ ਸੀ ਉਹ ਆਥ ਹੋ ਜਾਏ ਜਾਨੂ ਜਿੰਦਾ ਤੇ ਉਹ ਉਸ ਵਕਤ ਤੱਕ ਸ਼ਾਦੀ ਨਹੀਂ ਕਰੇਗਾ ਫੇਰੇ ਤੇ جن دی آپ اسی لڑائی ہوندی دی ہے آکے انہوں جدو پتہ چل دا ہے کہ شیرہ تے ہو دی پیڑ دا ہونے اللہ سوہا گے وہ جان دے آرم شین دے نال اپنا ہاتھ وڑ دن دے ادھر جڑا ہون دے ہیں ویلن آجن دی ویلن پارٹی آکے سارے انہوں کے ایر لیں ہے تے اس وقت ایک ایسے شخص دی انٹری ہوندی دی ہے جس نے متعلق تو اسی سوچ بھی نسک سکھ ایک کراٹے ماسٹر انٹر ہو دے اور او دا نام سجاد ہون دے یعنی کہ سجاد جڑا ہوندہ ہے وہ زندہ ہو جاندہ ہے اور دزدہ ہے کہ میں اتنے عرصے تا غائب اس لیے رہا کہ میں کراٹے سیکھتا رہاں تاکہ آکے دشمنہ نو مار سکا اور سجاد جڑا اور سارے نو قتل کر ہے اور دشمنوں ٹھکانے لگا دینا ہے ناظرین بڑی عجیب فلم سی سجاد اتنا عرصہ غائب رہا انہیں اپنے گھر خبر نہیں لیتی اندر بیوہ قتل کیتا گیا کہ او او ہے کہ وہ کراٹے سیکھتا رہا ہے اور ننجا سیکھا رہا ہے انہیں اپنے پرا خبر کوئی نہیں اور بڑی عجیب قسم دی فلم ہے ٹوٹل میرا ہالے پندرہ تو بھی منٹ دا سلطان رہی اس فلم کام ہوئے گا لیٹنگ ٹائٹل تے جڑا نا سلطان رہی دا نام ہے فلم یوٹیوب تے موجود نہیں ہے اگر تمہیں میری معلومات اچھی لگی ہوئے, میرے چینل لائک کرو سبسکرائب کرو تے شیئر کرو تے نیکس منٹ تک رب رکھا